ਇੱਕ ਫੌਜੀ ਬਾਰਡਰ ਤੇ ਬੈਠਾ ਹੈ, ਪੀਰਾਂ ਦੇ ਸੁੱਖ ਸੁੱਖ ਲੈਂਦਾ ਹੈ। ਤਾਂ ਫੌਜਾਂ ਫੌਜੀ ਨੂੰ ਚਿੱਠੀ ਲਿਖਦੀ ਹੈ, ਕਹਿੰਦੀ ਪੀਰਾਂ ਦੇ ਨਿਗਾਹੇ ਜਾਣਾ ਹੋ ਜਾ ਛੇਤੀ ਤਿਆਰ ਵੇ, ਚੰਗੇ ਭਾਗਾਂ ਨਾਲ ਆਇਆ ਜੇਠਾ ਵੀਰਵਾਰ ਵੇ, ਬੜਾ ਚਿਰ ਹੋਇਆ ਪਹਿਲਾਂ ਲਾਉਂਦਾ ਰਿਹਾ ਟਾਲੇ, ਹੁਣ ਬਬਲੀ ਨੇ ਨਾਲ ਸਾਡੇ ਜਾਣਾ, ਵੀ ਕਰ ਲੈ ਤਿਆਰੀ ਫੌਜੀਆ, ਲੱਖ ਦਾਤਾ ਦੇ ਦੁਆਰੇ ਆਪਾਂ ਜਾਣਾ। ਇਸ ਤਰ੍ਹਾਂ ਪੰਜਾਬ ਕਰਕੇ ਸੁਣਾਓ
ਹੋ ਜੀ